ਇਸ ਵੇਲੇ ਦੀ ਵੱਡੀ ਖਬਰ ਬੀਤੇ ਦਿਨੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇੱਕ ਲੜਕੀ ਦੇ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਡਾਕਟਰ ਮੈਸ ਵਰਕਰ ਅਤੇ ਸਟੂਡੈਂਟ ਦੇ ਸੈਂਪਲ ਲਏ ਗਏ ਸੀ ਜਿਨ੍ਹਾਂ ਦੀ ਅੱਜ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਬੀਤੇ ਦਿਨੀ ਇੱਕ ਮੈਸ 'ਚ ਕੰਮ ਕਰਨ ਵਾਲੇ 22 ਸਾਲ ਦੇ ਲੜਕੇ ਦੀ ਮੌਤ ਹੋ ਗਈ ਸੀ ਜਿਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਦੱਸਦੀ ਕਿ ਬੀਤੇ ਦਿਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਇੱਕ ਲੜਕੀ ਕੋਰੋਨਾ ਵਾਇਰਸ ਦੀ ਪੋਜ਼ਿਟਿਵ ਪਾਈ ਗਈ ਸੀ ਜਿਸ ਤੋਂ ਬਾਅਦ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਡਾਕਟਰ ਮੈਸ ਵਰਕਰ ਅਤੇ ਸਟੂਡੈਂਟ ਦੇ ਸੈਂਪਲ ਲਏ ਗਏ ਸੀ ਜਿਨ੍ਹਾਂ ਦੀ ਅੱਜ ਰਿਪੋਰਟ ਨੈਗੇਟਿਵ ਆਈ ਹੈ। ਇੱਥੇ ਵੀ ਦੱਸਦੀ ਕਿ ਮੈਸ 'ਚ ਕੰਮ ਕਰਨ ਵਾਲੇ 22 ਸਾਲ ਲੜਕੇ ਦੀ ਵੀ ਮੌਤ ਹੋ ਗਈ ਸੀ ਜਿਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। All World Open Challenge 17-time gold medalist Mia Rafiq Mohammed, Pandit Maulvi Begum Tantrik, Inna Chora Thagga to Savdan, Specialist Vashikaran Satta Number Love Marriage, Pati Patni Ch Anban, Videsh Ch Pakka Hona, Karubar Da Na Chalana, Sirf 31 Kentia Vich Samadhan, Free Mia Rafiq Mohammed, Mobile 84374 94647, 84374 94648.